ਸਵਾਗਤ ਹੈ ਜੀ ਤੁਹਾਡਾ ਸਭ ਦਾ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰਿਆਣਾ ਟੀਚਰ एलिजिਬਿਲਿਟੀ ਟੈਸਟ ਆ ਚੁੱਕਿਆ ਹੈ ਐਚ ਟੈਟ 2022 ਇਹ ਦੇਖ ਸਕਦੇ ਹੋ ਜੀ ਤੁਸੀਂ ਪੂਰੀ ਜਾਣਕਾਰੀ ਤੁਹਾਨੂੰ ਐਚ ਟੈਟ ਦੇ ਨਾਲ ਸੰਬੰਧਿਤ ਇਸ ਵੀਡੀਓ ਦੇ ਵਿੱਚ ਦਵਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਓ ਐਚ ਟੈਟ ਹੈ ਜੀ ਲੈਵਲ 1 ਲੈਵਲ 2 ਲੈਵਲ 3 ਤਿੰਨ ਲੈਵਲ ਦੇ ਲਈ ਹੈ ਜੋ ਇਹ ਐਚਟੈਟ ਲਿਆ ਜਾਂਦਾ ਹੈ ਪੀਆਰਟੀ ਟਜੀਟੀ ਐਂਡ ਪੀਜੀਟੀ ਠੀਕ ਹੈ ਜੀ ਫੀਸ ਸਟਰਕਚਰ ਦੇ ਬਾਰੇ ਜੇਕਰ ਗੱਲ ਕਰੀਏ ਇੱਕ ਐਸਸੀ ਐਂਡ ਪੀਐਚ ਕੈਂਡੀਡੇਟਸ ਆਫ ਹਰਿਆਣਾ ਡੋਮਿਸਾਈਲ 500 ਰੁਪਏ ਜੇ ਦੋ ਲੈਵਲ ਭਰਨੇ ਨੇ 900 ਰੁਪਏ ਤੇ ਜੇ ਤਿੰਨੋਂ ਪੇਪਰ ਦੇਣੇ ਨੇ ਤਾਂ 1200 ਰੁਪਏ ਹਰਿਆਣਾ ਡੋਮਿਸਾਈਲ ਜਿਨ੍ਹਾਂ ਕੋਲੇ ਹੈ ਐਸਸੀ ਅਤੇ ਪੀਐਚ ਤੋਂ ਬਿਨਾਂ ਨੇ ਇੱਕ ਦਾ 1000 ਰੁਪਿਆ ਦੋ ਦਾ 1800 ਤੇ ਤਿੰਨੇ ਪੇਪਰ ਜੇ ਦੇਣੇ ਨੇ 2400 ਰੁਪਿਆ ਇਸ ਤੋਂ ਇਲਾਵਾ ਆਊਟਸਾਈਡ ਆਫ ਹਰਿਆਣਾ ਹਰਿਆਣਾ ਤੋਂ ਬਾਹਰ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਵਾਸਤੇ ਵੀ ਫੀਸ ਸਟ੍ਰਕਚਰ ਹੈ ਜੋ 1000 ਰੁਪਏ 1800 ਰੁਪਏ ਤੇ 2400 ਕੋਈ ਵੀ ਇੱਕ ਪੇਪਰ ਦੇਣਾ ਤੁਸੀਂ 1000 ਰੁਪਏ ਦੋ ਪੇਪਰ ਦੇਣੇ ਨੇ 1800 ਰੁਪਏ ਤੇ ਜੇ ਤਿੰਨ ਪੇਪਰ ਦੇਣੇ ਨੇ ਤਾਂ 2400 ਰੁਪਏ ਅੱਗੇ ਗੱਲ ਕਰਦੇ ਆਂ ਜੀ ਇੰਪੋਰਟੈਂਟ ਡੇਟਸ ਨੇ ਜੋ ਆਨਲਾਈਨ ਅਪਲਾਈ ਹੋਣਾ ਕੱਲ ਤੋਂ ਸ਼ੁਰੂ ਹੋ ਚੁੱਕਿਆ ਹੈ 17 ਸਤੰਬਰ 2022 ਤੋਂ ਕੁੱਲ 10 ਦਿਨਾਂ ਦਾ ਟਾਈਮ ਹੈ ਜੋ ਦਿੱਤਾ ਗਿਆ ਹੈ 27 ਸਤੰਬਰ 2022 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 28 ਤੋਂ ਲੈ ਕੇ 30 ਸਤੰਬਰ ਦੇ ਵਿੱਚ ਵਿੱਚ ਤੁਸੀਂ ਕਰੈਕਸ਼ਨ ਕਰ ਸਕਦੇ ਹੋ ਕਰੈਕਸ਼ਨ ਕੁਝ ਕੁ ਲਿਮਟਿਡ ਪਾਰਟਿਕੂਲਰਸ ਦੇ ਵਿੱਚ ਹੋਣੀ ਹੈ ਉਹਦੇ ਬਾਰੇ ਵੀ ਅੱਗੇ ਡਿਸਕਸ ਕਰਾਂਗੇ ਏਸੀਜੀ ਇੰਪੋਰਟੈਂਟ ਡੇਟਸ ਨੇ ਜੋ ਤੇ ਫੀਸ ਸਟਰਕਚਰ ਦੇ ਬਾਰੇ ਇਹ 44 ਪੇਜਾਂ ਦਾ ਇੰਡੀ ਬ੍ਰਾਊਚਰ ਹੈ ਜੋ ਦਿੱਤਾ ਗਿਆ ਤੁਸੀਂ ਸਾਡੇ ਟੈਲੀਗ੍ਰam ਚੈਨਲ ਦੇ ਨਾਲ ਜੁੜੋ ਉਹਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਪੀਡੀਐਫ ਫਾਈਲ ਹੈ ਜੋ ਤੁਹਾਨੂੰ ਉਹਦੀ ਪ੍ਰਾਪਤ ਹੋ ਜੇਗੀ ਚਟਾਟਾ ਲੈਵਲ 2 ਤੇ ਲੈਵਲ 3 TGT ਐਂਡ PGT ਦੀ ਪੰਜਾਬੀ ਦੀ ਤਿਆਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਦਾ ਨਾਮ ਹੈ ਅਮਿਤ ਜਿੰਦਲ ਹਾਂਜੀ ਇਹ ਆਜੀ ਲੈਵਲ 1 ਲੈਵਲ 1 ਮਿਨੀਮਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਜੋ ਪ੍ਰਾਇਮਰੀ ਟੀਚਰ ਦੇ ਲਈ ਹੈ PRT ਲੈਵਲ 1 ਨੂੰ PRT ਕਹਿੰਦੇ ਨੇ ਹਰਿਆਣਾ ਦੇ ਵਿੱਚ ਸੀਨੀਅਰ ਸਕੈਂਡਰੀ ਜਾਂ ਇਹਦੇ ਬਰਾਬਰ ਦੀ ਘੱਟੋ-ਘੱਟ 60% ਅੰਕਾਂ ਦੇ ਨਾਲ ਪਾਸ ਹੋਣਾ ਚਾਹੀਦਾ ਹੈ ਡਿਪਲੋਮਾ ਇਨ ਇਲੈਕਟ एलिमेंट्री एजुकेशन ਜਾਂ ਕਿਸੇ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੋ ਕਰਿਆ ਹੋਣਾ ਚਾਹੀਦਾ ਅਕੋਰਡਿੰਗ ਵਿਦ ਦਾ ਐਨਸੀਟੀਈ ਰਿਕੋਗਨਾਈਜੇਸ਼ਨ ਨੋਰਮਸ ਐਂਡ ਪ੍ਰੋਸੀਜਰ ਦੇ ਅਕੋਰਡਿੰਗ ਉਸ ਤੋਂ ਇਲਾਵਾ ਜੀ ਸੀਨੀਅਰ ਸਕੈਂਡਰੀ ਵਿਦ ਐਟ ਲਿਸਟ 45% ਮਾਰਕਸ ਅਪੀਅਰਿੰਗ ਇਨ ਫਾਈਨਲ ਇਅਰ ਆਫ ਫਰਸਟ ਸੈਕੰਡ ਇਅਰ ਇ ਡਿਪਲੋਮਾ ਇਨ ਐਲੀਮੈਂਟਰੀ এডਿਕੇਸ਼ਨ ਉਸ ਤੋਂ ਗਿਆ ਜੀ ਸੀਨੀਅਰ ਸਕੈਂਡਰੀ ਵਿਦ ਐਟ ਲਿਸਟ 50% ਮਾਰਕਸ ਪਾਸਡ অর ਅਪੀਅਰਿੰਗ ਇਨ ਫਾਈਨਲ ਈਅਰ ਆਫ ਅ 4 ਇਅਰ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਬੀ ਐਲ ਐਡ ਅੱਗੇ ਆ ਜੀ ਕੁਆਲਿਫਿਕੇਸ਼ਨਸ ਨੇ ਅੱਗੇ ਸੀ ਜੀ ਕੁਆਲਿਫਿਕੇਸ਼ਨ ਦੇ ਬਾਰੇ ਗੱਲ ਕਰਦੇ ਆ ਟੀ ਜੀ ਟੀ ਦੇ ਲਈ ਇਹਦੇ ਲਈ ਅਲੱਗ-ਅਲੱਗ ਸਬਜੈਕਟਸ ਆ ਜਾਂਦੇ ਨੇ ਇਹਦੇ ਵਿੱਚ ਜਿਵੇਂ ਟੀ ਜੀ ਟੀ ਐਸ ਐਸ ਟੀ ਹੋ ਗਿਆ ਐਸ ਐਸ ਟੀ ਤੋਂ ਬਾਅਦ ਟੀ ਜੀ ਟੀ ਸਾਇੰਸ ਦੇ ਲਈ ਕੁਆਲਿਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਪੇਪਰ ਦੇ ਵਿੱਚ ਤੁਸੀਂ ਅਪਲਾਈ ਕਰਨਾ ਹੈ ਟੀ ਜੀ ਟੀ ਮੈਥ ਦੀ ਕੁਆਲਿਫਿਕੇਸ਼ਨ ਦਿੱਤੀਆਂ ਗਈਆਂ ਨੇ ਅੱਗੇ ਬਹੁਤ ਸਾਰੇ ਸਬਜੈਕਟ ਨੇ ਜੋ ਟੀ ਜੀ ਟੀ ਐਂਡ ਪੀ ਜੀ ਟੀ ਦੇ ਨੇ ਟੀ ਜੀ ਟੀ ਹਿੰਦੀ TGT English TGT Sanskrit ਉਸ ਤੋਂ ਬਾਅਦ ਹੈ ਜੀ TGT ਪੰਜਾਬੀ ਪੰਜਾਬੀ ਦੇ ਬਾਰੇ ਦੇਖਦੇ ਹਾਂ ਜੀ BA ਦੇ ਵਿੱਚ 50% ਨੰਬਰ ਤੇ ਨਾਲ ਦੀ ਨਾਲ ਤੁਹਾਡਾ ਪੰਜਾਬੀ ਇਲੈਕਟਿਵ ਸਬਜੈਕਟ ਹੋਣਾ ਚਾਹੀਦਾ ਹੈ NCTE ਅਕੋਰਡਿੰਗ ਐਲੀਮੈਂਟਰੀ এডਿਕੇਸ਼ਨ ਐਂਡ ਦਾ ਡਿਪਲੋਮਾ ਹੋਣਾ ਚਾਹੀਦਾ ਜਾਂ BA ਇਹਨਾਂ ਦੇ ਵਿੱਚੋਂ ਤੁਸੀਂ ਪੈਰ ਵਿਦਿਆਰਥੀ ਕੋਈ ਵੀ ਕੰਡੀਸ਼ਨ ਹੈ ਜੋ ਪੂਰੀ ਕਰ ਸਕਦੇ ਹੋ ਜਿਹੜੀਆਂ ਜਿਹੜੇ ਦਿੱਤੀਆਂ ਗਏ ਨੇ 1 2 3 4 5 6 ਕੰਡੀਸ਼ਨਾਂ ਨੇ 6-7 ਕੰਡੀਸ਼ਨਸ ਨੇ ਇਹਨਾਂ ਦੇ ਵਿੱਚ ਤੁਸੀਂ ਜਿਹੜੀ ਵੀ ਕੰਡੀਸ਼ਨ ਪੂਰੀ ਕਰਦੇ ਹੋ ਉਹਦੇ ਅਕੋਰਡਿੰਗ ਤੁਸੀਂ ਅਪਲਾਈ ਕਰ ਸਕਦੇ ਹੋ ਅੱਗੇ ਹੈ ਜੀ TGT ਉਰਦੂ ਦੇ ਵਿੱਚ ਵੀ ਇਹ ਟੈਸਟ ਲਿਆ ਜਾਂਦਾ ਹੈ TGT ਫਿਜ਼ੀਕਲ এডਿਕੇਸ਼ਨ TGT ਹੋਮ ਸਾਇੰਸ TGT ਆਰਟ TGT 뮤ਜ਼ਿਕ TGT ਨੈਕਸਟ ਹੈ ਜੀ PGT ਲੈਵਲ ਦੇ ਵਿੱਚ ਇੰਗਲਿਸ਼ ਹਿੰਦੀ ਜੀਓਗ੍ਰਾਫੀ ਹੋਮ ਸਾਇੰਸ ਸੋਸ਼ੀਓਲੋਜੀ ਸਾਈਕੋਲੋਜੀ ਪੰਜਾਬੀ ਉਰਦੂ ਤੇ ਹਿਸਟਰੀ ਪੀਜੀਟੀ ਦੇ ਵਿੱਚ ਸਿਰਫ ਨੌ ਸਬਜੈਕਟਸ ਨੇ ਜਿਨ੍ਹਾਂ ਦਾ ਇਹ ਲੈਵਲ 3 ਹੈ ਜੋ ਪੀਜੀਟੀ ਦਾ ਪੇਪਰ ਲਿਆ ਜਾਂਦਾ ਅੱਗੇ ਗੱਲ ਕਰਦੇ ਆ ਜੀ ਕਿਸ ਤਰ੍ਹਾਂ ਦਾ ਪੇਪਰ ਹੁੰਦਾ ਕੀ ਕੀ ਇਹਦੇ ਵਿੱਚ ਚੀਜ਼ਾਂ ਜੇ ਪੁੱਛੀਆਂ ਜਾਂਦੀਆਂ ਨੇ ਸਕੀਮ ਸਟਰਕਚਰ ਐਂਡ ਕੰਟੈਂਟ ਆਫ ਟੈਸਟ ਮਲਟੀਪਲ ਚੁਆਇਸ ਕੁਐਸਚਨ ਆਣਗੇ ਜੀ ਹਰੇਕ ਕੁਐਸਚਨ 1 ਨੰਬਰ ਦਾ ਹੋਏਗਾ ਜਿਹਦੇ ਚਾਰ ਆਪਸ਼ਨ ਦਿੱਤੇ ਜਾਣਗੇ ਤੁਹਾਨੂੰ ਇਹਦੀ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ ਠੀਕ ਹੈ ਜੀ ਪੂਰੀ ਜਾਣਕਾਰੀ ਹੈ ਜੋ ਇਹਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਨਜਵੇਂ ਇਸ ਤਰ੍ਹਾਂ ਪੀਆਰਟੀ ਲੈਵਲ ਹੈ ਪੀਆਰਟੀ ਲੈਵਲ ਦੇ ਵਿੱਚ ਜੋ 150 ਕੁਐਸਚਨ ਆਣਗੇ ਧਿਆਨ ਦੇ ਨਾਲ ਦੇਖਣਾ ਜੀ ਪੀਆਰਟੀ ਲੈਵਲ ਦੇ ਲਈ ਤੁਹਾਨੂੰ ਦੱਸ ਰਿਹਾ ਇਹ ਪੀਆਰਟੀ ਲੈਵਲ 1 ਇਹਦੇ ਵਿੱਚ ਸੀਡੀਪੀ ਆ ਜੋ 30 ਨੰਬਰ ਦੀ ਆਏਗੀ 30 ਐਮਸੀਕਿਊ ਕੁਐਸਚਨ ਆਣਗੇ ਲੈਂਗੁਏਜ 15 ਕੁਐਸਚਨ ਹਿੰਦੀ ਦੇ ਤੇ 15 ਕੁਐਸਚਨ ਇੰਗਲਿਸ਼ ਚ ਦੇ ਆਣਗੇ ਅੱਗੇ ਜੀ 10 ਨੰਬਰ ਦੇ ਕੁਆਂਟੀਟੇਟਿਵ ਐਪਟੀਟਿਊਡ ਰੀਜਨਿੰਗ ਐਬਿਲਿਟੀ 10 ਨੰਬਰ ਦੀ ਹਰਿਆਣਾ ਜੀਕੇ ਐਂਡ ਅਵੇਅਰਨੈਸ 10 ਨੰਬਰ ਦੀ ਆਣੀ ਹੈ ਮੈਥਮੈਟਿਕਸ 30 ਨੰਬਰ ਦਾ ਹੈ ਤੇ ਈਵੀਐਸ ਹੈ ਜੋ এনवायरमेंटਲ ਸਟੱਡੀਜ਼ ਹੈ ਉਹ 30 ਨੰਬਰ ਦੀ ਆਣੀ ਹੈ ਤਾਂ ਕੁੱਲ ਇਸ ਤਰ੍ਹਾਂ 150 ਕੁਐਸਚਨ ਹੋ ਜਾਂਦੇ ਨੇ ਇਹ ਅੱਗੇ ਗੱਲ ਕਰਦੇ ਹਾਂ ਜੀ ਲੈਵਲ 2 ਦੇ ਬਾਰੇ ਜੋ TGT ਲੈਵਲ ਦੇ ਲਈ ਹੈ ਤੁਸੀਂ ਭਾਵੇਂ ਦੀ ਕਿਸੇ ਵੀ ਸਬਜੈਕਟ ਦਾ ਭਰਿਆ ਹੈ ਇਹ ਉੱਪਰਲੇ ਜੋ 90 ਨੰਬਰ ਨੇ ਇਹ ਤੁਹਾਨੂੰ ਜ਼ਰੂਰੀ ਨੇ ਸਾਰਿਆਂ ਲਈ ਸੀਡੀਪੀ 30 ਨੰਬਰ ਦੀ 15 ਨੰਬਰ ਦੀ ਹਿੰਦੀ 15 ਨੰਬਰ ਦੀ ਇੰਗਲਿਸ਼ ਕੁਆਂਟੀਟੇਟਿਵ ਐਬਿਟੀਚੂਡ 10 ਨੰਬਰ ਦਾ ਰੀਜਨਿੰਗ ਐਬਿਲਿਟੀ 10 ਨੰਬਰ ਦੀ ਹਰਿਆਣਾ ਜੀਕੇ ਐਂਡ ਅਵੇਅਰਨੈਸ 10 ਨੰਬਰ ਦੀ ਉਸ ਤੋਂ ਬਾਅਦ ਹੈ ਪਿਆਰੇ ਵਿਦਿਆਰਥੀਓ ਜੋ ਤੁਹਾਡੇ ਸਬਜੈਕਟ ਸਪੈਸੀਫਿਕ ਜਿਹੜੇ ਸਬਜੈਕਟ ਦਾ ਤੁਸੀਂ ਦੇਣਾ ਹੈ ਹਿੰਦੀ ਇੰਗਲਿਸ਼ ਪੰਜਾਬੀ ਕਿਸੇ ਵੀ ਸਬਜੈਕਟ ਦਾ ਦੇਣਾ ਹੈ ਉਹਦੇ ਵਿੱਚੋਂ ਤੁਹਾਡੇ 60 ਨੰਬਰ ਦਾ ਜੋ ਪੇਪਰ ਉਹ ਪੁੱਛਿਆ ਜਾਵੇਗਾ ਸੇਮ ਪ੍ਰੋਸੀਜਰ ਹੈ ਜੋ ਉਹ ਪੀਜੀਟੀ ਲੈਵਲ ਦੇ ਲਈ ਵੀ ਰੱਖਿਆ ਗਿਆ ਹੈ। ਇਹੀ ਸਾਰੀਆਂ ਕੰਡੀਸ਼ਨਸ ਨੇ ਜੋ ਪੀਜੀਟੀ ਦੇ ਲਈ ਵੀ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ। 6ਵੀਂ ਤੋਂ ਲੈ ਕੇ 10ਵੀਂ ਤੱਕ ਸੈਸ਼ਨ 22-23 ਵਜ ਦਾ ਬੋਰਡ ਆਫ ਐਜੂਕੇਸ਼ਨ ਹਰਿਆਣਾ ਇਹ ਗੱਲ ਕੀਤੀ ਜਾ ਰਹੀ ਹੈ ਜੀ ਦਾ ਟੈਸਟ ਆਈਟਮ ਇਨ ਸਬਜੈਕਟ ਸਪੈਸਿਫਿਕ ਵਿਲ ਫੋਕਸ ਆਨ ਦਾ ਕਨਸੈਪਟ ਪ੍ਰੋਬਲਮ ਸੋਲਵਿੰਗ ਐਬਿਲਿਟੀ ਐਂਡ ਪੈਡਾਗੋਜੀਕਲ ਤਾਂ ਮੇਨ ਇਹਦੇ ਵਿੱਚ ਜੋ ਦੱਸਿਆ ਗਿਆ ਜੀ ਉਹ 6ਵੀਂ ਤੋਂ 10ਵੀਂ ਤੱਕ ਦਾ ਸਿਲੇਬਸ ਦੱਸਿਆ ਗਿਆ TGT ਲੈਵਲ ਦੇ ਲਈ ਜੋ ਕਿ ਮੌਜੂਦਾ ਸਾਲ ਦੇ ਵਿੱਚ ਬੋਰਡ ਦਾ ਸਿਲੇਬਸ ਲੱਗਿਆ ਹੋਇਆ ਪਰ ਜੋ ਇਹਦਾ ਡਿਫਿਕਲਟੀ ਲੈਵਲ ਹੈ ਉਹ ਸੀਨੀਅਰ ਸਕੈਂਡਰੀ ਸਟੇਜ ਤੱਕ ਦਾ ਹੋ ਸਕਦਾ ਹੈ ਅੱਗੇ ਆ ਜੀ ਕੁਆਲੀਫਾਈਿੰਗ ਮਾਰਕਸ ਦੱਸੇ ਗਏ ਨੇ ਜੋ SC SC ਐਂਡ ਡਿਫਰੈਂਟਲੀ ਐਬਲਡ ਫਿਜ਼ੀਕਲੀ ਚੈਲੈਂਜਡ ਇਹਨਾਂ ਤੋਂ ਬਿਨਾ ਜੋ ਸਾਰੇ ਨੇ ਉਹਨਾਂ ਦੇ ਲਈ 90 ਨੰਬਰ ਲੈਣੇ ਜ਼ਰੂਰੀ ਨੇ एससी एंड डिफरेंटली एबल टू फिजिकली हैं चैलेंज दोनों दे लिए 82 नंबर एससी एंड डिफरेंटली एबल टू फिजिकली चैलेंज्ड ऑफ अदर स्टेट इन दे लिए 90 नंबर ਲੈਨੇ ਜੋ ਉਹ ਜ਼ਰੂਰੀ ਨੇ ਕਹਿਣ ਦਾ ਮਤਲਬ ਹੈ ਜੋ ਛੋਟ ਵਗੈਰਾ ਦਿੱਤੀ ਗਿਆ ਉਹ ਸਿਰਫ ਹਰਿਆਣਾ ਦੇ ਵਸਨੀਕਾਂ ਦੇ ਲਈ ਦਿੱਤੀ ਗਿਆ अदर स्टेट ਵਾਲੇ ਜੇਕਰ ਅਪਲਾਈ ਕਰਦੇ ਨੇ ਉਹਨਾਂ ਨੂੰ ਪੂਰੇ 90 ਨੰਬਰ ਲੈਨੇ ਪੈਣਗੇ 네ਗੇਟਿਵ ਮਾਰਕਿੰਗ ਇਹਦੀ ਨਹੀਂ ਹੋਵੇਗੀ PGT ਲੈਵਲ ਦੇ ਲਈ ਸੇਮ ਪ੍ਰੋਸੀਜਰ ਹੈ ਜੀ 3 ਨੰਬਰ ਦੀ ਪੈਡਾਗੋਗੀ ਹੈ 15 ਦੀ ਹਿੰਦੀ 15 ਦੀ ਇੰਗਲਿਸ਼ 10 ਦੀ ਕੁਆਂਟੀਟੇਟਿਵ ਐਬਿਲਿਟੀ 10 ਦੀ ਰੀਜਨਿੰਗ ਐਬਿਲਿਟੀ 10 ਦੀ ਅਰੇ 5 10 ਦੀ ਹਰਿਆਣਾ ਜੀਕੇ ਐਂਡ ਅਵੇਅਰਨੈਸ ਤੇ 60 ਨੰਬਰ ਦਾ ਜੋ ਤੁਸੀਂ ਸਬਜੈਕਟ ਸਪੈਸੀਫਾਈ ਕੀਤਾ ਹੋਇਆ ਜਿਹੜਾ ਸਬਜੈਕਟ ਦਾ ਤੁਸੀਂ ਪੇਪਰ ਦੇਣਾ ਉਹਦੇ ਵਿੱਚੋਂ ਜੋ ਆਣਾ ਹੈ ਕੁਆਲੀਫਾਈਂਗ ਮਾਰਕਸ ਸੇਮ ਨੇ ਹਾਂਜੀ ਮੇਨ ਹੈ ਜੀ ਜੋ 12 ਅਤੇ 13 ਨਵੰਬਰ ਨੂੰ ਪੇਪਰ ਹੋਣਾ ਹੈ ਪੇਪਰ ਦੀ ਡੇਟ ਵੀ ਦੱਸੀ ਗਈ ਹੈ ਜੋ ਹਰਿਆਣਾ ਵਾਲੇ ਡੇਟ ਦੱਸਦੇ ਨੇ ਲਗਭਗ ਉਸੇ ਡੇਟ ਨੂੰ ਇਹ ਪੇਪਰ 100% ਹੋ ਜਾਂਦਾ ਹੈ ਤਾਂ 12 ਅਤੇ 13 ਤਰੀਕ ਨੂੰ ਇਹ ਪੇਪਰ ਹੋਣੇ ਨੇ ਕਿਹੜੀ ਕੈਟਾਗਰੀ ਦਾ ਪੇਪਰ 12 ਨੂੰ ਆਉਂਦਾ ਹੈ ਕਿਹੜੀ ਦਾ 13 ਨੂੰ ਆਉਂਦਾ ਹੈ ਬਾਅਦ ਵਿੱਚ ਦੱਸਿਆ ਜਾਵੇਗਾ ਲੈਵਲ 1 ਲੈਵਲ 2 ਲੈਵਲ 3 ਦੇ ਲਈ ਪੇਪਰ ਹੈ ਜੋ 12 ਲਗਭਗ ਪੌਣੇ ਇੱਕ ਦੋ ਮਹੀਨਿਆਂ ਦਾ ਟਾਈਮ ਹੈ ਜੋ ਉਹ ਤੁਹਾਡੇ ਲਈ ਪ੍ਰੈਪਰੇਸ਼ਨ ਕਰਨ ਦੇ ਲਈ ਹੈਗਾ ਲੈਂਗੁਏਜ ਆਫ ਕੁਐਸਚਨ ਪੇਪਰ ਆਲ ਕੁਐਸਚਨ ਰਿਸਪੈਕਟ ਦੋ ਜਿਹ 컨ਸਰਨਿੰਗ ਲੈਂਗੁਏਜ ਸਬਜੈਕਟ ਨੇ ਉਹਨਾਂ ਦੇ ਲੈਂਗੁਏਜ ਦੇ ਵਿੱਚ ਹੀ ਆਣਗੇ ਬਾਕੀ ਸਬਜੈਕਟ ਨੇ ਜੋ ਹਿੰਦੀ ਅਤੇ ਇੰਗਲਿਸ਼ ਦੋਵਾਂ ਦੇ ਵਿੱਚ ਜੋ ਤੁਹਾਡਾ ਪੇਪਰ ਉਹ ਲਿਆ ਜਾਵੇਗਾ ਐਚਟਾਟੇ ਦੇ ਲਈ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ ਹਰਿਆਣਾ ਦੇ ਵਿੱਚ ਇਹ ਕਿਤੇ ਵੀ ਇਸ ਐਗਜ਼ਾਮੀਨੇਸ਼ਨ ਸੈਂਟਰ ਨੇ ਜੋ ਬਣਾਏ ਸਕਦੇ ਨੇ ਆਨਲਾਈਨ ਅਪਲੀਕੇਸ਼ਨ ਕੱਲ੍ਹ ਤੋਂ ਸ਼ੁਰੂ ਹੋ ਚੁੱਕੀ ਹੈ 27 ਸਤੰਬਰ 2022 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਘੱਟ ਟਾਈਮ ਹੈ ਅਪਲਾਈ ਕਰਨ ਦਾ ਹਾਂਜੀ ਜੋ ਐਂਟਰੀਜ਼ ਤੁਸੀਂ ਪਾਣੀਆਂ ਨੇ ਉਹ ਸਾਰੀਆਂ ਐਂਟਰੀ ਸਹੀ ਪਾਣੀਆਂ ਨੇ ਫੋਟੋ ਦਾ ਸਾਈਜ਼ ਕੀ ਆ ਥੰਬ ਇਮਪ੍ਰੈਸ਼ਨ ਦਾ ਸਾਈਜ਼ ਕੀ ਆ ਤੇ ਸਿਗਨੇਚਰ ਦਾ ਸਾਈਜ਼ ਕੀ ਆ ਇਹ ਸਾਰੇ ਸਿਗਨੇਚਰ ਅਕੋਰਡਿੰਗ ਦੱਸੇ ਗਏ ਨੇ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ ਫੋਟੋਗ੍ਰਾਫ ਹੈ ਜੋ 3.5 ਸਮ ਬਾਈ 4.5 ਸਮ ਦੀ ਹੋਣੀ ਚਾਹੀਦੀ ਹੈ ਇਹਦੀ ਵੈਬਸਾਈਟ ਹੈ ਜੋ ਲੇਟੈਸਟ ਅਪਡੇਟ ਹਰਿਆਣਾ tct.in ਹੈ ਜੋ ਇਹਦੀ ਅਫੀਸ਼ੀਅਲ ਵੈਬਸਾਈਟ ਹੈ ਤੁਸੀਂ ਇਸ ਸਮੇਂ-ਸਮੇਂ ਦੇ ਉੱਪਰ ਚੈੱਕ ਕਰਦੇ ਰਹਿਣਾ ਹੈ ਕਨਵੈਨਸ਼ਨਲ ਟਾਈਪ ਹੋਊਗਾ ਪੈਨ ਪੇਪਰ ਬੇਸਡ ਹੈ ਜੋ ਐਗਜ਼ਾਮੀਨੇਸ਼ਨ ਹੋਊਗੀ ਆਨਲਾਈਨ ਐਗਜ਼ਾਮੀਨੇਸ਼ਨ ਨਹੀਂ ਆਈਏ ਇਹ ਐ ਪੀਪੀ ਬੇਸਡ ਹੈ ਪੈਨ ਪੇਪਰ ਬੇਸਡ ਹੈ ਜੋ ਰੋਲ ਨੰਬਰ ਨੇ ਜੋ ਤੁਹਾਡੇ ਉਹ ਦੋ ਤਰੀਕ ਤੋਂ ਮਿਲਨੇ ਸ਼ੁਰੂ ਹੋ ਜਾਣਗੇ ਮਾਸਟਰ ਪੰਜਾਬੀ ਦੀ ਤਿਆਰੀ ਲੈਵਲ 2 ਤੇ ਲੈਵਲ 3 ਦੇ ਨਾਲ ਸੰਬੰਧਿਤ ਬਹੁਤ ਸਾਰੀ ਵੀਡੀਓਜ਼ ਇਹਦੇ ਵਿੱਚ ਮੈਂ YouTube ਚੈਨਲ ਦੇ ਉੱਪਰ ਆਪਣੇ ਉੱਪਰ ਪਾ ਚੁੱਕਿਆ ਕਿਉਂਕਿ ਪ੍ਰੀਵੀਅਸ ਪੇਪਰ ਨੇ ਜੋ ਤੁਸੀਂ ਹਰਿਆਣਾ ਦੇ ਨਾਲ ਸੰਬੰਧਿਤ ਪ੍ਰੀਵੀਅਸ ਪੇਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਹਾਂ 컬러 ਫੋਟੋਗ੍ਰਾਫ ਲਾਨੀਆ ਤੁਸੀਂ ਸਿਗਨੇਚਰ ਵਿਦ 60% ਵਿਜ਼ਿਬਿਲਟੀ ਐਂਡ ਵਾਈਟ ਬੈਕਗਰਾਉਂਡ ਸ਼ੁੱਡ ਬੀ ਅਪਲੋਡਡ ਤਾਂ ਫੋਟੋ ਧਿਆਨ ਦੇ ਨਾਲ ਲਗਾਨੀਆ ਜੀ ਬੈਕਗਰਾਉਂਡ ਵਾਈਟ ਹੋਣੀ ਚਾਹੀਦੀ ਹੈ ਠੀਕ ਹੈ ਜੀ ਫੋਟੋਗ੍ਰਾਫ ਐਂਡ ਸਿਗਨੇਚਰ ਵਿਦ 60% ਵਿਜ਼ਿਬਿਲਟੀ ਜੋ ਹੋਣੀ ਚਾਹੀਦੀ ਹੈ ਮਤਲਬ ਤੁਹਾਡਾ ਫੇਸ ਹੈ ਜੋ ਉਹ ਥੋੜਾ ਜਿਹਾ ਵੱਡਾ ਹੋਣਾ ਚਾਹੀਦਾ ਤੇ ਵਿੱਚ ਤਾਂ ਹੋਰ ਸੀ ਜੋ ਨਾਰਮਲ ਜਿਹਾ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਟੈਸਟ ਦੇ ਨਾਲ ਸੰਬੰਧਿਤ ਉਹ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਸੈਂਪਲ ਕੁਐਸਚਨ ਪੇਪਰ ਵੀ ਦਿੱਤਾ ਗਿਆ ਲੈਵਲ 1 ਲੈਵਲ 2 ਤੇ ਲੈਵਲ 3 ਦੇ ਲਈ 올 ਸਬਜੈਕਟਸ ਦੇ ਵਿੱਚ ਦਿੱਤਾ ਗਿਆ ਹੈ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ ਜੇਕਰ ਤੁਸੀਂ ਇਹਦੀ ਇਨਫੋਰਮੇਸ਼ਨ ਬੁਲੇਟਿਨ ਦੀ ਪੀਡੀਐਫ ਪ੍ਰਾਪਤ ਕਰਨੀ ਹੈ ਤਾਂ ਸਾਡੇ ਟੈਲੀਗ੍ਰam ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਤਾਂ ਸਾਡੇ ਟੈਲੀਗ੍ਰam ਚੈਨਲ ਦੇ ਨਾਲ ਜਰੂਰ ਜੁੜੋ